ਮੈਂ ਹਾਂ ਭੁਲਿੰਦਰ ਸਿੰਘ ਵਿਰਮਾਨੀ, ਖਾਸ ਮੁਲਾਕਾਤ ਵਿੱਚ ਇੱਕ ਵਾਰ ਫਿਰ ਤੁਹਾਡੇ ਸਭ ਦੇ ਰੂਬਰੂ। ਖਾਸ ਮੁਲਾਕਾਤ ਦਾ ਮਕਸਦ ਇਹ ਹੈ ਕਿ ਕੁਝ ਅਜਿਹੇ ਹਸਤੀਆਂ ਨਾਲ, ਕੁਝ ਅਜਿਹੇ ਉਹਨਾਂ ਚੁਣਿੰਦਾ ਲੋਕਾਂ ਨਾਲ ਮੈਂ ਤੁਹਾਡੇ ਰੂਬਰੂ ਹੋਵਾਂ ਜਿਨ੍ਹਾਂ ਦੀ ਪੰਜਾਬ ਬਾਰੇ ਸੋਚ ਕੀ ਹੈ, ਸਿਆਸਤ ਬਾਰੇ ਸੋਚ ਕੀ ਹੈ, ਅਤੇ ਫਿਰ ਆਮ ਲੋਕ ਕਿਸ ਤਰ੍ਹਾਂ ਉਹਨਾਂ ਨੂੰ ਜਾਣਦੇ ਨੇ ਅਤੇ ਉਹ ਆਮ ਲੋਕਾਂ ਬਾਰੇ ਕੀ ਜਾਣਦੇ ਨੇ, ਇਹ ਤੁਹਾਡੇ ਰੂਬਰੂ ਉਹਨਾਂ ਨੂੰ ਕਰ ਸਕਾਂ ਮੈਂ। ਔਰ ਅੱਜ ਇੱਕ ਖਾਸ ਸ਼ਖਸੀਅਤ ਨੂੰ ਮੈਂ ਇੱਥੇ ਮਿਲਣ ਆਇਆ, ਜਸਬੀਰ ਸਿੰਘ ਗਿੱਲ, ਮੈਂਬਰ ਪਾਰਲੀਮੈਂਟ ਨੇ ਲੋਕ ਸਭਾ ਤੋਂ, ਅਤੇ ਫਿਰ ਖਡੂਰ ਸਾਹਿਬ ਦੇ ਲੋਕਾਂ ਦੀ ਸੇਵਾ ਵਿੱਚ ਅੱਜ ਕੱਲ੍ਹ ਮਸ਼ਰੂਫ ਨੇ। ਅਸੀਂ ਉਹਨਾਂ ਦੇ ਘਰ ਆਏ ਹੋਏ ਹਾਂ ਜੀ, ਅਤੇ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਉਹਨਾਂ ਦੇ ਘਰ, ਅਤੇ ਉਹਨਾਂ ਨਾਲ ਹੀ ਗੱਲਬਾਤ ਦਾ ਸਿਲਸਿਲਾ ਵਧਾਉਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ, ਔਰ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣੇ ਘਰ ਬੁਲਾਉਣ ਦੇ ਲਈ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਸਿਆਸਤ ਵੱਲ ਅਸੀਂ ਗੱਲ ਕਰਾਂਗੇ, ਔਰ ਇਸ ਸਮੇਂ ਅਸੀਂ ਦਿੱਲੀ ਵਿੱਚ ਤੁਹਾਡੇ ਮੈਂਬਰ ਪਾਰਲੀਮੈਂਟ ਤੌਰ 'ਤੇ ਜਿਹੜਾ ਘਰ ਤੁਹਾਨੂੰ ਮਿਲਿਆ ਹੋਇਆ ਸੀ ਉੱਥੇ ਮੌਜੂਦ ਹਾਂ। ਕੁਝ ਹੀ ਸਮੇਂ ਪਹਿਲਾਂ ਬਜਟ ਸਾਹਮਣੇ ਆਇਆ, ਇਸ ਬਜਟ ਤੋਂ ਤੁਸੀਂ ਕੀ ਉਮੀਦਾਂ ਲਗਾ ਕੇ ਬੈਠੇ ਸੀ, ਕੀ ਉਹ ਉਮੀਦਾਂ ਪੂਰੀਆਂ ਹੋਈਆਂ ਨੇ ਪੰਜਾਬ ਦੇ ਨਾਲ ਸੰਬੰਧਿਤ? ਦੇਖੋ, ਬਜਟ ਤੋਂ ਬਹੁਤ ਵੱਡੀ ਉਮੀਦ ਸੀ, ਕਿਉਂਕਿ ਪੰਜਾਬ ਨੇ ਇਸ ਮੋਦੀ ਗੌਰਮੈਂਟ ਦੇ ਉੱਤੇ ਇਤਬਾਰ ਕਰਕੇ GST ਦੀ ਹਾਮੀ ਭਰੀ ਜੀ, ਪਰ ਜਿਹਦੇ ਵਿੱਚ ਭਾਰਤ ਸਰਕਾਰ ਵੱਲੋਂ ਇਹ ਪੰਜਾਬ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ 5 ਸਾਲ ਅਸੀਂ ਤੁਹਾਨੂੰ ਜਿਹੜਾ ਵਾ ਜਿੰਨਾ ਘਾਟਾ ਪਏਗਾ ਸੀ ਉਹ ਪੂਰਾ ਜਿਹੜਾ ਅਸੀਂ ਕਰਾਂਗੇ ਜੀ। ਪਰ ਅਫਸੋਸ ਦੀ ਗੱਲ ਹੈ ਕਿ ਜਿਹੜਾ GST ਲਾਅ ਆਇਆ ਜੀ, ਉਹਦੇ ਵਿੱਚ ਇਹ ਵੈਟ ਨਾਲੋਂ ਫਰਕ ਹੈ। ਵੈਟ ਦਾ ਜਿਹੜਾ ਹਿੱਸਾ ਹੁੰਦਾ ਸੀਗਾ ਉਹ ਸਟੇਟ ਗੌਰਮੈਂਟ ਦਾ, ਜਿੱਥੋਂ ਤੁਸੀਂ ਕਲੈਕਟ ਕਰਦੇ ਸੀ ਉੱਥੋਂ ਰਹਿ ਜਾਂਦੇ ਸੀ, ਸੈਂਟਰ ਦਾ ਸੈਂਟਰ ਕੋਲ ਚਲੇ ਜਾਂਦੇ। ਪਰ GST 'ਚ ਇਹਨਾਂ ਨੇ ਫੇਰ ਬਦਲ ਕੀਤੀ ਆ, ਸਾਰੇ ਦਾ ਸਾਰਾ ਪੈਸਾ ਪਹਿਲਾਂ ਭਾਰਤ ਸਰਕਾਰ ਕੋਲ ਆਉਂਦਾ, ਫਿਰ ਜੋ ਇਹਨਾਂ ਦੇ ਕਹਿਣ ਮੁਤਾਬਕ ਕਿ ਪਹਿਲੇ ਹਫ਼ਤੇ ਦੇ ਵਿੱਚ ਵਿੱਚ ਉਹ ਹਿੱਸਾ ਜਿਹੜਾ ਵਾ ਉਹ ਪੰਜਾਬ ਨੂੰ ਮਿਲਣਾ ਹੁੰਦਾ। ਪਰ ਅਫਸੋਸ ਦੀ ਗੱਲ ਆ ਭੁਲਿੰਦਰ ਜੀ ਕਿ ਪੰਜਾਬ ਨੂੰ ਪਿਛਲੇ 4 ਮਹੀਨੇ ਦਾ ਇਹ ਹਿੱਸਾ ਨਹੀਂ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਹੋਣਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ, ਅਸੀਂ ਸਾਰਿਆਂ ਨੇ ਫਾਈਨਾਂਸ ਮਿਨਿਸਟਰ ਨਾਲ ਮੁਲਾਕਾਤ ਕੀਤੀ, ਮੇਰੇ ਵੱਲੋਂ ਇਹ ਮਸਲਾ ਜਿਹੜਾ ਵਾ ਉਹ ਚੁੱਕਿਆ ਵੀ ਗਿਆ ਸਦਨ ਦੇ ਵਿੱਚ। ਇਸ ਤੋਂ ਇਲਾਵਾ ਜਿਹੜੇ ਸੈਂਟਰ ਦੇ ਟੈਕਸਿਸ ਨੇ, ਜਦੋਂ ਕਸਟਮ ਡਿਊਟੀ ਕਹਿ ਦਿੰਦੇ, ਹੋਰ ਡਿਊਟੀਜ਼ ਹੁੰਦੀਆਂ ਨੇ, ਉਹਦੇ ਵਿੱਚ ਵੀ ਸੂਬੇ ਦਾ ਹਿੱਸਾ ਹੁੰਦਾ, ਇਨਕਮ ਟੈਕਸ ਦੇ ਵਿੱਚ ਵੀ ਹਿੱਸਾ ਹੁੰਦਾ। ਪਰ ਇਹ ਬੁਰੀ ਤਰ੍ਹਾਂ ਇਹਨਾਂ ਨੇ ਪੰਜਾਬ ਦੇ ਨਾਲ ਮਤਰੇਈ ਮਾਲ ਸ਼ੁਰੂ ਕੀਤਾ, ਇਹਨਾਂ ਨੇ 1 ਵੀ ਪੈਸਾ ਸਾਨੂੰ ਉਹਦੇ ਵਿੱਚ ਨਹੀਂ ਦਿੱਤਾ। ਸਾਨੂੰ ਬੜੀ ਆਸ ਸੀ ਕਿ ਇਸ ਵਾਰ ਪੰਜਾਬ ਨੂੰ ਨਹੀਂ ਤਾਂ ਘੱਟੋ ਘੱਟ ਸਾਡੇ ਬਾਰਡਰ ਜ਼ਿਲ੍ਹਿਆਂ ਨੂੰ ਜਿਹੜਾ ਵਾ। ਤਾਂ ਹਮੇਸ਼ਾ ਦੇਖਿਆ ਗਿਆ ਕਿ ਜਦੋਂ ਵੀ ਬਜਟ ਪਾਸ ਹੁੰਦਾ ਤਾਂ ਵਿਰੋਧੀ ਧਿਰ ਹਮੇਸ਼ਾ ਵਿਰੋਧੀ ਕਰਦੀ ਹੈ, ਇਹ ਜੇ ਜਾਇਜ਼ ਹੈ ਜਾਂ ਵਾਕਈ ਕਿਸਾਨੀ ਨੂੰ ਜੋ ਮਿਲਣਾ ਚਾਹੀਦਾ ਸੀ, ਪੰਜਾਬ ਦੀ ਇੰਡਸਟਰੀ ਨੂੰ ਜੋ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ? ਕਿਉਂਕਿ ਜਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਕੇਂਦਰ ਵਿੱਚ ਤਾਂ ਵੀ ਬਾਦਲ ਸਾਹਿਬ ਪੰਜਾਬ ਵਿੱਚ ਸੀ ਤਾਂ ਉਹ ਵੀ ਹਮੇਸ਼ਾ ਇਹ ਕਹਿੰਦੇ ਸੀ ਕਿ ਪੰਜਾਬ ਨੂੰ ਜੋ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ। ਪਰ ਹੁਣ ਜਦੋਂ ਮੋਦੀ ਦੀ ਸਰਕਾਰ ਹੈ, ਭਾਜਪਾ ਦੀ ਸਰਕਾਰ ਹੈ, ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੈ, ਤਾਂ ਵੀ ਤੁਸੀਂ ਇਹ ਕਹਿ ਰਹੇ ਹੋ ਕਿ ਜੋ ਕੁਛ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲ ਰਿਹਾ, ਤਾਂ ਇਹ ਮਤਰੇਈ ਮਾਮਲਾ ਸਾਨੂੰ ਕਿ ਹਮੇਸ਼ਾ ਹੁੰਦਾ ਰਹੇਗਾ? ਮੈਂ ਤੁਹਾਨੂੰ ਇਸ ਕਰਕੇ ਵਿਰੋਧ ਨਹੀਂ ਕਰ ਰਿਹਾ, ਵੇਖੋ ਮੇਰੀ ਆਦਤ ਨਹੀਂ ਕਿ ਬਿਨਾਂ ਵਜ੍ਹਾ ਤੋਂ ਕਿਸੇ ਗੱਲ ਦਾ ਵਿਰੋਧ ਕਰਾਂ ਜਾਂ ਮਾੜਾ ਕਵਾਂ, ਮੇਰੀ ਫਿਤਰਤ ਇਹ ਨਹੀਂ, ਮੈਂ ਚੰਗੇ ਨੂੰ ਚੰਗਾ ਕਹੂੰ ਮਾੜੇ ਨੂੰ ਮਾੜਾ। ਪਰ ਇਹ ਸੱਚਾਈ ਹੈ ਜੀ, ਪੰਜਾਬ ਨੂੰ ਹਰ ਪਾਸੇ ਲਤਾੜਿਆ ਗਿਆ ਇਸ ਮੋਦੀ ਗੌਰਮੈਂਟ ਵੱਲੋਂ। ਸਾਡੇ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ, ਪੰਜਾਬ ਅੱਜ ਕੱਲ੍ਹ ਕੈਂਸਰ ਦਾ ਇੱਕ ਗੜ੍ਹ ਬਣ ਚੁੱਕਿਆ ਹੈ। ਕੈਂਸਰ ਦੀ ਇੰਸਟੀਚਿਊਟ ਦੀ ਮੰਗ ਕੀਤੀ, ਉਹ ਕੋਈ ਇੰਸਟੀਚਿਊਟ ਨਹੀਂ। ਹਰਿਆਣਾ ਇੱਕ ਸਾਡੇ ਤੋਂ ਛੋਟਾ ਰਾਜ ਆ, ਅਸੀਂ ਇਹ ਨਹੀਂ ਕਹਿੰਦੇ ਤਰੱਕੀ ਨਾ ਕਰੇ, ਅਸੀਂ ਕਹਿੰਦੇ ਵੀ ਕਰੇ। ਉੱਥੇ 2-2 AIIMS, ਸਾਡੇ ਕੀ 1 AIIMS, ਉਹ ਵੀ ਬੜੀ ਥੋੜ੍ਹਾ ਜਿਹਾ ਵੱਧ ਹੈ। ਹਰਿਆਣੇ 'ਚ PGI ਸਾਡੇ ਕੋਲ ਵੀ ਹੈ ਨਹੀਂ। ਅੱਜ ਵੇਖੋ ਅਸੀਂ ਕਹਿ ਰਹੇ ਸੀ ਕਿ ਤੁਸੀਂ ਕੁਛ ਨਾ ਕਰੋ, ਇਹ ਪੰਜਾਬ ਇੱਕ ਐਸਾ ਸੂਬਾ ਵਾ ਜਿਹਨੇ ਦੇਸ਼ ਦੀ ਔਖੇ ਵੇਲੇ ਇੱਜ਼ਤ ਰੱਖੀ ਆ। ਅਸੀਂ ਠੂਠਾ ਫੜ ਕੇ ਕਣਕ ਮੰਗਣ ਬਾਹਰਲੇ ਦੇਸ਼ਾਂ ਕੋਲ ਜਾਂਦੇ ਹੁੰਦੇ ਸੀ, ਅਤੇ ਗਲੀ ਸੜੀ ਕਣਕ ਸਾਨੂੰ ਉਹ ਦਿੰਦੇ ਹੁੰਦੇ ਸੀ। ਅਸੀਂ ਦੇਸ਼ ਨੂੰ ਇਸ ਥਾਂ 'ਤੇ ਲਿਆਂਦਾ ਜੋ ਸਾਡੇ ਕੋਲ ਬਫਰ ਸਟੋਕ ਦੀ ਕੋਈ ਕਮੀ ਨਹੀਂ, ਸਾਡੇ ਭੰਡਾਰ ਅਨਾਜ ਦੇ ਭਰੇ ਪਏ ਆ, ਚਾਹੇ ਚੀਨੀ ਹੋਵੇ, ਚਾਹੇ ਕਣਕ ਹੋਵੇ, ਚਾਹੇ ਚੌਲ ਹੋਣ, ਚਾਹੇ ਹੋਰ ਦਾਲਾਂ ਸਬਜ਼ੀਆਂ ਹੋਣ। ਪੰਜਾਬ ਦੇ ਵਿੱਚ ਇਕੱਲਾ ਇਹ ਨਹੀਂ, ਅਸੀਂ 5% ਸਬਜ਼ੀ ਅਤੇ
ਜਿਹਨੂੰ ਆਪਾਂ ਕਹਿ ਦਿੰਦੇ ਹਾਂ ਫਰੂਟ, ਇਹ ਪੰਜਾਬ ਉਗਾਉਂਦਾ। ਅਸੀਂ 2% ਦੇ ਕਰੀਬ ਫੁੱਲ ਉਗਾਉਂਦੇ ਹਾਂ, ਉਹਨਾਂ ਦੀ ਲਾਈਫ ਹੈ ਨਹੀਂ ਗੀ। ਕੋਈ ਕੋਲਡ ਚੇਨ ਬਣਾ ਕੇ ਦੇਣ ਜਿਹਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਰੱਖ ਕੇ ਬਾਹਰ ਐਕਸਪੋਰਟ ਕਰ ਸਕੀਏ। ਬਹੁਤਾ ਚਿਰ ਤੁਸੀਂ ਇਹਨਾਂ ਨੂੰ ਟੋਕਰੀ 'ਚ ਪਾ ਕੇ ਨਹੀਂ ਰੱਖ ਸਕਦੇ। ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਗਿੱਲ ਸਾਹਿਬ, ਲੇਕਿਨ PAU ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੀ ਕਿਸਾਨਾਂ ਨੂੰ ਕਹਿੰਦੀ ਰਹੀ ਹੈ ਕਿ ਰਵਾਇਤੀ ਫਸਲਾਂ ਨੂੰ ਛੱਡੋ, ਨਵੀਆਂ ਫਸਲਾਂ ਵੱਲ ਆਓ, ਲੇਕਿਨ ਕਿਸਾਨ ਹਮੇਸ਼ਾ ਕਹਿੰਦੇ ਕਿ ਸਾਨੂੰ ਨਵੀਆਂ ਫਸਲਾਂ ਅਸੀਂ ਉਗਾ ਤਾਂ ਲਈਏ, ਲੈ ਅਸੀਂ ਵੇਚੀਏ ਕਿੱਥੇ? ਸਰਕਾਰਾਂ ਸਾਡੀ ਮਦਦ ਨਹੀਂ ਕਰਦੀਆਂ, ਉਹ ਪੰਜਾਬ ਸਰਕਾਰ ਵੱਲ ਦੇਖਦੀਆਂ ਨੇ, ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲ ਵੇਖਦੀ ਹੈ, ਤਾਂ ਆਖਿਰ ਮਸਲਾ ਹੱਲ ਕਿਵੇਂ ਹੋਏਗਾ ਕਿਸਾਨੀ ਦਾ? ਇਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਜੀ, ਕੋਲਡ ਚੇਨਸ ਆਉਣ, ਜਿਹੜਾ ਸਾਡਾ ਬਾਰਡਰ ਖੁੱਲ੍ਹਣ, ਸਾਡਾ ਫਸਲ ਸੈਂਟਰਲ ਏਸ਼ੀਆ ਤੱਕ, ਗਲਫ ਕੰਟਰੀਜ਼ ਤੱਕ ਜਾਵੇ, ਆਪਣੇ ਆਪ ਲੋਕ ਜਿਹੜੀਆਂ ਰਵਾਇਤੀ ਫਸਲਾਂ ਤੋਂ ਆਪਣਾ ਨਾਤਾ ਤੋੜ ਲੈਣ। ਹੁਣ ਜਦੋਂ ਤੁਸੀਂ MSP ਕਣਕ ਅਤੇ ਝੋਨੇ 'ਤੇ ਦੇਣੀ ਆ, ਹੋਰ ਕਿਸੇ ਫਸਲ 'ਤੇ ਤੁਸੀਂ MSP ਨਹੀਂ ਦੇਣੀ, ਕਿਸਾਨ ਜਾਵੇ ਕਿੱਧਰ? ਜਿਸ ਚੀਜ਼ ਦਾ ਮੰਡੀ ਕਰਨੀ ਹੈ ਨਹੀਂ, ਇੱਕ ਵਧੀਆ ਮੰਡੀ ਕਰਨ ਦਾ ਪ੍ਰਬੰਧ ਕਰ, ਕਿਉਂ ਨਾ ਕਿਸਾਨ ਜਿੱਥੋਂ ਕਿਸਾਨ ਨੂੰ ਫਾਇਦਾ ਹੋਵੇ, ਕਿਉਂ ਨਾ ਉਸ ਪਾਸੇ ਚੱਲੇਗਾ। ਜਦੋਂ ਕਿਸਾਨ ਨੂੰ ਪਤਾ ਹੀ ਨਹੀਂ ਮੇਰੀ ਫਸਲ ਮੈਂ ਬੀਜ ਲਾਂ, ਮੇਰੀ ਖਰੀਦਣੀ ਕਹਿੰਦੇ? ਬਿਲਕੁਲ ਬਿਲਕੁਲ, ਸੋ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਹੈ, ਇੱਥੇ ਤਾਂ ਕਿਸਾਨਾਂ ਦੀ ਦੁਰਦਸ਼ਾ, ਇੱਥੇ ਦੁਰਦਸ਼ਾ ਹੋ ਰਹੀ ਹੈ ਇਹਨਾਂ ਦੀ। ਬਿਲਕੁਲ ਸੋਚ ਜਿਹੜੀ ਆ ਨਾ ਜੀ, ਉਹ ਪੰਜਾਬ ਵਿਰੋਧੀ ਆ, ਕਿਸਾਨ ਵਿਰੋਧੀ ਆ। ਇਹ ਸਿਰਫ ਅਤੇ ਸਿਰਫ ਇੱਕ ਵੱਜ ਜੋ ਮਰਜ਼ੀ ਕਹਿ ਲਓ, ਇਹ ਜਿਹੜਾ ਬਜਟ ਆਇਆ ਨਾ, ਇਹ ਸਿਰਫ 2 ਪਰਿਵਾਰਾਂ ਲਈ ਆਇਆ, ਅਡਾਨੀ ਅਤੇ ਅੰਬਾਨੀ ਪਰਿਵਾਰ ਜੀ। ਮੈਂ ਤੁਹਾਨੂੰ ਨਿੱਕੀ ਜਿਹੀ ਗੱਲ ਦੱਸਦਾ, ਪੰਜਾਬ ਦਾ ਕਿਸਾਨ ਨੇ ਆਪਾਂ ਬੜਾ ਜ਼ੋਰ ਲਾਇਆ, ਆਪਣੇ ਕੋਲ ਮਿਲਕ ਫੈਡ ਨਾਂ ਦੀ ਦੁੱਧ ਦੀ ਕੋਆਪਰੇਟਿਵ ਹੈਗੀ ਆ, ਜਿਹੜਾ ਮਿਲਕ ਅਤੇ ਮਿਲਕ ਪ੍ਰੋਡਕਟ ਬਣਾਉਂਦੇ ਨੇ, ਜਿਹੜੇ ਤਾਂ ਭੁਲਿੰਦਰ ਜੀ ਕਾਰਪੋਰੇਟ ਹਾਊਸਿਸ ਨੇ ਵੱਡੇ ਵੱਡੇ ਜੀ, ਉਹਨਾਂ ਦਾ ਕਾਰਪੋਰੇਟ ਟੈਕਸ ਇਹਨਾਂ ਨੇ 30% ਤੋਂ ਘਟਾ ਕੇ ਅਤੇ 22% ਦੇ ਉੱਤੇ ਲਏ ਜੀ। ਜਿਹੜੀਆਂ ਕੋਆਪਰੇਟਿਵਸ ਨੇ ਮਿਲਕ ਫੈਡ ਵਰਗੀਆਂ, ਮਾਰਕ ਫੈਡ ਵਰਗੀਆਂ, ਉਹਨਾਂ ਦਾ ਜਿਹੜਾ ਵਾ 30% ਆ, ਉੱਤੇ ਸਗੋਂ ਸੈਸ ਲਾ ਤੀ ਆ, ਸਰਚਾਰਜ ਲਾ ਤਾ ਵਾ, ਉਹਨਾਂ ਦਾ ਟੈਕਸ ਹੋਰ ਵੱਧ ਗਿਆ। ਸੋ ਇਹ ਜਿਹੜੀ ਅਨੋਮਲੀਜ਼ ਨੇ, ਇਹ ਜਿਹੜਾ ਫਰਕ ਆ, ਇਸ ਨੂੰ ਮਿਟਾਉਣਾ ਪਏਗਾ। ਅੱਜ GDP ਤੋਂ ਅਸੀਂ ਕੈਲਕੂਲੇਟ ਕਰਨ ਦਾ ਢੰਗ ਬਦਲ ਲਿਆ, ਦੁਨੀਆ ਤੋਂ ਅੱਡ ਕਰ ਲਿਆ, ਅਤੇ ਤਾਂ ਸਾਡੀ 4.5% ਬਣੀ, ਵੈਸੇ 2% ਹੀ। ਠੀਕ ਹੈ, ਇਹ ਤਾਂ ਕਿਸਾਨੀ ਦੀ ਗੱਲ ਰਹੀ, GDP ਦੀ ਗੱਲ ਰਹੀ, ਲੇਕਿਨ ਦੂਜੇ ਪਾਸੇ ਜੇਕਰ ਵਿਦਿਆਰਥੀ ਵਰਗ ਦੀ ਗੱਲ ਕਰੀਏ, ਵਿਦਿਆਰਥੀ ਵਰਗ ਵੀ ਕੋਈ ਖਾਸਾ ਖੁਸ਼ ਨਹੀਂ ਹੈ। ਸਿਰਫ ਮੈਂ ਇੱਥੇ ਪੰਜਾਬ ਦੀ ਗੱਲ ਨਹੀਂ ਕਰਾਂਗਾ, ਪੂਰੇ ਭਾਰਤ ਦੀ ਗੱਲ ਕਰਾਂਗਾ, ਕਿਉਂਕਿ ਵਿਦਿਆਰਥੀ ਵਰਗ ਵੀ ਕਿਤੇ ਨਾ ਕਿਤੇ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ। ਰੀਸੈਸ਼ਨ ਇਸ ਸਮੇਂ ਪੂਰੇ ਆਲ ਓਵਰ ਵਰਲਡ ਵਿੱਚ ਵਿਖਾਈ ਦੇ ਰਿਹਾ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਲੇਕਿਨ ਦੂਜੇ ਪਾਸੇ ਨਿਰਮਲਾ ਸੀਤਾਰਮਨ, ਖਜ਼ਾਨਾ ਮੰਤਰੀ ਦਾ ਸਾਫ਼ ਤੌਰ 'ਤੇ ਕਹਿਣਾ ਕਿ ਜਿਸ ਤਰ੍ਹਾਂ ਦਾ ਬਜਟ ਆਇਆ, ਇਹ ਰੀਸੈਸ਼ਨ ਨੂੰ ਖਤਮ ਕਰੇਗਾ। ਤੁਹਾਨੂੰ ਲੱਗਦਾ ਕਿ ਵਿਦਿਆਰਥੀ ਵਰਗ ਵਿੱਚ ਕੋਈ ਫਰਕ ਪਏਗਾ ਆਉਣ ਵਾਲੇ ਸਮੇਂ ਵਿੱਚ? ਦੇਖੋ, ਜਦੋਂ ਤੁਸੀਂ ਆਪਣੇ ਵਿਦਿਆਰਥੀ ਵਰਗ ਨੂੰ ਕੋਈ ਸਹੂਲਤ ਨਹੀਂ ਦੇਣੀ, ਕੋਈ ਮੈਂ ਸਮਝੂੰਗਾ ਡਾਇਰੈਕਸ਼ਨ ਨਹੀਂ ਦੇਣੀ, ਕੋਈ ਗਾਈਡੈਂਸ ਨਹੀਂ ਦੇਣੀ, ਵਿਦਿਆਰਥੀ ਨੂੰ ਅੱਗੇ ਕੁਛ ਦਿਸੂਗਾ ਤਾਂ ਇੱਥੇ ਰਹੇਗਾ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜੀ ਕਿ ਜਦੋਂ ਆਪਣੇ ਵਿਦਿਆਰਥੀਆਂ ਨੂੰ ਆਪਾਂ ਟੁਕੜੇ ਟੁਕੜੇ ਗੈਂਗ ਕਵਾਂਗੇ, ਜਦੋਂ ਆਪਣੇ ਵਿਦਿਆਰਥੀਆਂ ਨੂੰ JNU ਜਿਹੜੀ ਸਾਡੀ ਇੱਕ ਪ੍ਰਥਮ ਯੂਨੀਵਰਸਿਟੀ ਆ ਜਿਹਨੇ ਵਰਲਡ ਕਲਾਸ ਸਕਾਲਰਸ ਪ੍ਰੋਡਿਊਸ ਕੀਤੇ ਆ, ਉਹਦੇ ਵਿੱਚ ਵੜ ਕੇ ਗੁੰਡੇ ਭੇਜ ਕੇ ਲੋਕਾਂ ਦੀਆਂ ਵਿਦਿਆਰਥੀਆਂ ਦੀਆਂ ਸਿਰ ਪੜਵਾਵਾਂਗੇ, ਲੱਤਾਂ ਤੋੜਾਂਗੇ, ਜਾਮੀਆਂ 'ਚ ਗੋਲੀ ਚਲਾਵਾਂਗੇ, ਜਾਮੀਆਂ ਯੂਨੀਵਰਸਿਟੀ ਦੇ ਵਿੱਚ, ਅਤੇ ਫਿਰ ਤੁਹਾਨੂੰ ਕਿੱਦਾਂ ਲੱਗਦਾ ਕਿ ਵਿਦਿਆਰਥੀਆਂ ਦਾ ਹੌਸਲਾ ਬਣੂਗਾ ਕਿ ਉਹ ਇਸ ਦੇਸ਼ ਦੇ ਵਿੱਚ ਰਹਿਣਗੇ? ਲੋਕ ਤਾਂ ਬਹਾਨਾ ਲੱਭ ਰਹੇ ਨੇ ਅਤੇ ਬਾਹਰ ਨਿਕਲੀ ਜਾਂਦੇ। ਇਹਨੂੰ ਆਪਾਂ ਕਹਿ ਰਹੇ ਹਾਂ ਕਿ ਇੰਡੀਆ ਦਾ ਬ੍ਰੇਨ ਡਰੇਨ ਹੋ ਰਿਹਾ। ਤੁਸੀਂ ਠੀਕ ਹੈ JNU ਦੀ ਗੱਲ ਕੀਤੀ, ਉੱਥੇ ਵੀ CAA ਸਿਟੀਜ਼ਨ ਅਮੈਂਡਮੈਂਟ ਐਕਟ ਜਿਹੜਾ ਹੈਗਾ ਉਹਦੇ ਖਿਲਾਫ਼ ਜਿਹੜਾ ਸਭ ਕੁਛ ਚੱਲ ਰਿਹਾ ਹੈਗਾ, ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਪੂਰੀ ਦੁਨੀਆ ਵੀ ਜਾਣਦੀ ਹੈ, ਤੁਹਾਡੇ ਤੋਂ ਵੀ ਸਮਝਣਾ ਚਾਹਾਂਗੇ ਕਿ CAA ਕਾਂਗਰਸ ਕੀ ਸਮਝਦੀ ਹੈ CAA ਤੋਂ? ਦੇਖੋ, ਅਸੀਂ ਇਹਨੂੰ ਨਾ ਕਾਂਗਰਸ ਦੇ ਸਟੈਂਡ ਨੂੰ ਜਿਹੜਾ ਵਾ, ਕੋਈ ਇਹ ਨਹੀਂ ਹੈਗਾ ਕਿ ਅਸੀਂ ਜੋ ਕਹਿ ਰਹੇ ਹਾਂ ਨਾ, ਸਾਡੀ ਧਿਆਨ ਨਾਲ ਗੱਲ ਸੁਣਨ ਦੀ ਲੋੜ ਆ ਜੀ। ਤੁਸੀਂ ਲੈ ਲਓ ਕਿ ਪੰਜਾਬ ਦੇ ਵਿੱਚ 1947 ਦੀ ਜਦੋਂ ਪਾਰਟੀਸ਼ਨ ਹੋਈ ਆ ਪਾਕਿਸਤਾਨ ਅਤੇ ਇੰਡੀਆ ਦੀ, ਪਰ ਅਸਲੀਅਤ ਦੇ ਵਿੱਚ ਉਹ ਪਾਰਟੀਸ਼ਨ ਹੋਈ ਆ ਪੰਜਾਬ ਦੀ ਅਤੇ ਬੰਗਾਲ ਦੀ। ਅੱਛਾ, ਉਹਦੇ ਵਿੱਚ ਹੁਣ ਧਿਆਨ ਨਾਲ, ਇਹ ਹਿਸਟੋਰਿਕ ਰਿਕਾਰਡਡ ਚੀਜ਼ ਆ ਕਿ ਜਿਹੜੀ ਸਭ ਤੋਂ ਵਾਇਲੈਂਟ ਮਾਸ ਮਾਈਗ੍ਰੇਸ਼ਨ ਲੋਕਾਂ ਦੀ ਹੋਈ ਉਹ ਇਸ ਪਾਰਟੀਸ਼ਨ ਵੇਲੇ ਹੋਈ।
ਜਿੱਥੇ ਤਕਰੀਬ 10 ਲੱਖ ਦੇ ਕਰੀਬ ਲੋਕਾਂ ਨੇ ਆਪਣੀ ਜਾਨ ਗਵਾਉਣੀ ਪਈ ਅਤੇ ਕਰੋੜਾਂ ਲੋਕ ਹਿੰਦੁਸਤਾਨ ਤੋਂ ਪਾਕਿਸਤਾਨ ਗਏ, ਪਾਕਿਸਤਾਨ ਤੋਂ ਇੱਧਰ ਆਏ, ਆਪਣੇ ਲੀੜੇ ਕੱਪੜਿਆਂ ਦੇ ਵਿੱਚ ਆਏ, ਜਾਇਦਾਦਾਂ ਜ਼ਮੀਨਾਂ ਸਭ ਕੁਝ ਛੱਡ ਕੇ ਉੱਥੇ ਆ ਗਏ, ਘਰ ਬਾਰ ਛੱਡ ਕੇ ਆ ਗਏ, ਇੱਥੇ ਸ਼ਰਨਾਰਥੀ ਕੈਂਪਾਂ ਦੇ ਵਿੱਚ ਰਹੇ ਜੀ। ਹੁਣ ਉੱਥੇ ਗੱਲ ਆਉਂਦੀ ਆ, ਤੁਸੀਂ ਇਹਨਾਂ ਨੂੰ ਪਹਿਲਾਂ ਕਹਿ ਰਹੇ ਹੋ ਅਸੀਂ NPR ਕਰਨੀ ਆ, NRC ਕਰਨੀ, CA, ਉਹਦੇ ਵਿੱਚ ਤੁਸੀਂ ਉਹਨਾਂ ਨੂੰ 3 ਪੀੜ੍ਹੀਆਂ ਦੇ ਡਾਕੂਮੈਂਟਸ ਮੰਗ ਰਹੇ ਹੋ ਜੀ। ਡਾਕੂਮੈਂਟਸ ਮੰਗ ਰਹੇ ਹੋ ਵੀ ਤੁਹਾਡਾ ਬਾਬੇ ਦਾ ਜਨਮ ਕਿੱਥੇ ਹੋਇਆ, ਤੁਹਾਡੇ ਪਿਤਾ ਦਾ ਕਿੱਥੇ ਹੋਇਆ, ਉਹਨਾਂ ਦਾ ਕੋਈ ਸਬੂਤ ਦਿਓ, ਕਿੱਥੋਂ ਆਏ ਸੀ ਉਹ। ਜਿਹੜੇ ਲੋਕ ਆਪਣੀਆਂ ਜਾਨਾਂ ਬਚਾ ਕੇ ਆਏ ਆ ਤਾਂ ਉਹ ਕਿੱਥੋਂ ਡਾਕੂਮੈਂਟ ਦੇਣਗੇ? ਪੰਜਾਬ ਦੇ ਵਿੱਚ ਹਰ 10 ਚੋਂ 9 ਪਿੰਡਾਂ ਦੇ ਵਿੱਚ ਲੋਕ ਉਹਦੇ ਜਿਹੜੇ ਪਾਕਿਸਤਾਨ ਤੋਂ ਆ ਕੇ ਬੈਠੇ। ਇਹ ਇੱਕ ਧਾਰਨਾ ਬਣ ਗਈ ਸ਼ਾਇਦ CA ਮੁਸਲਮਾਨਾਂ ਦੇ ਖਿਲਾਫ ਆ, ਪਰ ਅਜ਼ਲੀਅਤ ਦੇ ਵਿੱਚ CA ਦਲਿਤ ਦਬਲੇ ਕੁਚੜੇ ਪਿਛੜੇ ਲੋਕਾਂ ਦੇ ਖਿਲਾਫ ਆ, ਜਿਨ੍ਹਾਂ ਕੋਲ ਆਪਣਾ ਡਾਕੂਮੈਂਟ ਕੋਈ ਨਹੀਂ। ਤੁਹਾਨੂੰ ਲੱਗਦਾ ਕਿ ਜਿਹੜੇ ਲੋਕ ਪ੍ਰੋਟੈਸਟ ਕਰ ਵੀ ਰਹੇ ਨੇ ਕੀ ਉਹਨਾਂ ਨੂੰ ਵਾਕਈ ਅਸਲੀਅਤ ਪਤਾ? ਵੇਖੋ, ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਨੂੰ ਸਮਝ ਹੋਊਗੀ। ਮੈਂ ਜਾਂਦੇ ਹਾਂ, ਇੱਕ ਜਣਾ ਕੋਈ ਯਾਰ ਦੋਸਤ ਨਾਲ ਚਲੇ ਵੀ ਜਾਂਦਾ ਜਿਹਨੂੰ ਨਹੀਂ ਸਮਝ, ਪਰ ਬੇਸਿਕ ਲੋਕਾਂ ਨੂੰ ਸਮਝ ਹੈਗੀ, ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਹੈਗਾ। ਦਿੱਲੀ ਦੇ ਸ਼ਾਹੀਨ ਬਾਗ ਵਿੱਚ ਜੋ ਕੁਛ ਚੱਲ ਰਿਹਾ ਪਿਛਲੇ 2 ਮਹੀਨਿਆਂ ਤੋਂ, ਜਿਹੜੇ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਦੀ ਆਵਾਜ਼ ਤੱਕ ਨਹੀਂ ਸੁਣੀ ਜਾ ਰਹੀ, ਤੁਸੀਂ ਇਸ ਨੂੰ ਜਾਇਜ਼ ਸਮਝਦੇ ਹੋ? ਦੇਖੋ, ਮੈਂ ਦੱਸਦਾ ਹਾਂ, ਇਹ BJP ਦਾ ਇੱਕ ਇਹਨਾਂ ਨੇ ਤਰੀਕਾ ਅਪਣਾ ਲਿਆ, ਲੋਕਾਂ ਦੀ ਆਵਾਜ਼ ਕਿਹਨੂੰ ਚੁੱਕਣੀ ਹੈ? ਮੀਡੀਆ ਨੇ, ਮੀਡੀਆ ਦਾ ਤਾਂ ਗਲਾ ਇਹਨਾਂ ਨੇ ਘੁੱਟਿਆ ਪਿਆ ਲੋਕਾਂ ਦੀ। ਹੁਣ ਅੱਜ ਤੁਸੀਂ ਸੋਸ਼ਲ ਮੀਡੀਆ ਕਿਤੇ ਵੀ ਖੋਲ੍ਹ ਲਓ, ਧੋਏ ਧੋਏ ਹੋਣ ਦਈ ਇਹਨਾਂ ਦੀ, ਕਿਉਂਕਿ ਲੋਕਾਂ ਕੋਲ ਇੱਕੋ ਹੀ ਸਾਧਨ ਬਚਿਆ ਜਿੰਨਾ ਆਪਣੀ ਆਵਾਜ਼ ਚੱਕ ਸਕਦੇ ਹੋ ਸੋਸ਼ਲ ਮੀਡੀਆ ਦੇ ਨਾਲ। ਇਹ ਇਕੱਲਾ ਸ਼ਾਹੀਨ ਬਾਗ ਦੀ, ਸਾਰੇ ਇੰਡੀਆ ਦੇ ਵਿੱਚ ਇਸ ਦੇ ਖਿਲਾਫ਼ ਪ੍ਰਦਰਸ਼ਨ ਹੋਏ। ਵੇਖੋ, ਐਰੋਗੈਂਸ ਜਿਹੜੀ ਇਹ ਸਰਕਾਰ ਦੀ ਇਹਨਾਂ ਨੂੰ ਲੈ ਕੇ ਬਹਿ ਜੂਗੀ, ਜਿਹੜਾ ਇਹ ਹੰਕਾਰ ਆ ਜਿਸ ਢੰਗ ਦੇ ਨਾਲ ਇਹ ਹਰ ਚੀਜ਼ ਨੂੰ ਕਹਿੰਦੇ ਆ ਅਸੀਂ ਛਿੱਤਰ ਦੇ ਨਾਲ ਦਬਾ ਲਈਏ, ਇਹ ਜ਼ਿਆਦਾ ਚਿਰ ਨਹੀਂ ਚੱਲਦਾ। ਜੇ ਅੰਗਰੇਜ਼ ਨਹੀਂ ਚਲਾ ਸਕੇ ਇਹ ਛਿੱਤਰ ਵਾਲੀ ਰਾਜਨੀਤੀ, ਜੇ ਛਿੱਤਰ ਵਾਲਾ ਰਾਜ ਮੁਗਲ ਨਹੀਂ ਕਰ ਸਕੇ, ਤਾਂ ਮੈਂ ਨਹੀਂ ਸਮਝਦਾ ਚਿੱਟੇ ਅੰਗਰੇਜ਼ ਇਹ ਕੰਮ ਕਰ ਸਕਣਗੇ। ਠੀਕ ਹੈ, ਹੁਣ ਅਸੀਂ ਪੰਜਾਬ ਵੱਲ ਥੋੜ੍ਹਾ ਆਵਾਂਗੇ ਕਿ ਪੰਜਾਬ ਵੱਲ ਕਿਸਾਨ ਹਮੇਸ਼ਾ ਧਰਨੇ ਪ੍ਰਦਰਸ਼ਨਾਂ 'ਤੇ ਸਾਨੂੰ ਵਿਖਾਈ ਦਿੰਦਾ, ਵਿਦਿਆਰਥੀ ਵਰਗ ਪ੍ਰਦਰਸ਼ਨਾਂ 'ਤੇ ਵਿਖਾਈ ਦਿੰਦਾ, ਜਿਹੜੇ ਅਧਿਆਪਕ ਵਰਗ ਹੈ ਉਹ ਵੀ ਪ੍ਰਦਰਸ਼ਨਾਂ 'ਤੇ ਵਿਖਾਈ ਦਿੰਦਾ, ਆਖਿਰ ਪੰਜਾਬ ਦਾ ਮਾਹੌਲ ਤੁਸੀਂ ਕੀ ਵੇਖ ਰਹੇ ਹੋ ਇਸ ਸਮੇਂ? ਕਿਉਂਕਿ ਇਹੀ ਮਾਹੌਲ ਪਹਿਲਾਂ ਵੀ ਸੀ ਜਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਇਹ ਮਾਹੌਲ ਅੱਜ ਵੀ ਹੈ ਜਦੋਂ ਕਾਂਗਰਸ ਦੀ ਸਰਕਾਰ ਹੈ? ਮੈਂ ਫਰਕ ਹੈ ਜੀ ਉਸ ਤੋਂ, ਮੈਂ ਤੁਹਾਨੂੰ ਦੱਸਦਾ। ਅਕਾਲੀ ਭਾਜਪਾ ਦੀ ਸਰਕਾਰ ਬਣੀ, ਉਸ ਤੋਂ ਬਾਅਦ ਪਾਰਲੀਮੈਂਟ ਚੋਣਾਂ ਆਈਆਂ ਜੀ, ਲਗਭਗ ਅਕਾਲੀ ਭਾਜਪਾ ਦਾ ਸਫਾਇਆ ਹੋ ਗਿਆ ਜੀ। ਕੈਪਟਨ ਅਮਰਿੰਦਰ ਸਿੰਘ ਦੇ ਨੇਤਰਤਵ ਦੇ ਹੇਠ ਕਾਂਗਰਸ ਦੀ ਸਰਕਾਰ ਬਣੀ, ਪਾਰਲੀਮੈਂਟ ਚੋਣਾਂ ਆਈਆਂ, ਕਾਂਗਰਸ ਠੋਕ ਵਜਾ ਕੇ ਡੰਕੇ ਦੀ ਚੋੜ ਨਾਲ ਚੋਣਾਂ ਇਹ ਵੀ ਜਿੱਤ ਕੇ ਆਏ। ਸੋ ਵੇਖੋ, ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਇੱਕ ਹੀਲਿੰਗ ਟੱਚ ਪੋਲਿਸੀ ਜੀ, ਲੋਕ ਖੁਸ਼ ਕਾਹਦੇ ਤੋਂ ਨੇ? ਅਕਾਲੀ ਸਰਕਾਰ ਵੇਲੇ ਜੇ ਤੁਸੀਂ ਡਰਾਈਵਿੰਗ ਲਾਇਸੈਂਸ ਵੀ ਰਿਨਿਊ ਕਰਾਉਣਾ ਹੁੰਦਾ ਸੀ, ਤੁਹਾਨੂੰ MLA ਜਾਂ ਉਹਦੇ ਕਰਿੰਦਿਆਂ ਦੇ ਚਰਨਾਂ ਨੂੰ ਹੱਥ ਲਾਉਣਾ ਪੈਂਦਾ, ਲੱਤ ਥੱਲੇ ਉਹਦੀ ਲੱਗਣਾ ਪੈਂਦਾ, ਛੋਟੀ ਛੋਟੀ ਗੱਲ 'ਤੇ ਇਨਸਾਫ ਲੈਣ ਵਾਸਤੇ ਤੁਹਾਨੂੰ ਉਹਨਾਂ ਦੀ ਚਾਪਲੂਸੀ ਕਰਨੀ ਪੈਂਦੀ, ਚਮਚਾਗਿਰੀ ਕਰਨੀ ਪੈਂਦੀ। ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਸਭ ਤੋਂ ਪਹਿਲਾਂ ਪੋਲੀਟੀਕਲ ਵੈਂਡੇਟਾ ਖਤਮ ਕੀਤਾ ਜੀ, ਸਾਰਿਆਂ ਨੂੰ ਇੱਕ ਬਰਾਬਰ ਲਿਆਂਦਾ। ਲੋਕ ਅੱਜ ਕਿਤੇ ਵੀ ਦਫ਼ਤਰ ਜਾਣ, ਉਹਨਾਂ ਦਾ ਕੰਮ ਹੁੰਦਾ। ਪਰ ਲੋਕ ਇਹ ਵੀ ਕਹਿ ਰਹੇ ਨੇ ਕਿ VIP ਕਲਚਰ ਜਿਹੜਾ ਖਤਮ ਕਰਨ ਦੀ ਗੱਲ ਕੀਤੀ ਗਈ ਸੀ, VIP ਕਲਚਰ ਖਤਮ ਨਹੀਂ ਹੋ ਰਿਹਾ ਪੰਜਾਬ ਵਿੱਚ, ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਖਤਮ ਹੋ ਪਾਏਗਾ? ਵੇਖੋ, VIP ਕਲਚਰ ਮੈਂ ਤਾਂ ਸਮਝਦਾ ਕਾਫ਼ੀ ਹੱਦ ਤੱਕ ਉਸ ਚੀਜ਼ ਨੂੰ ਕੈਪਟਨ ਸਾਹਿਬ ਨੇ ਖਤਮ ਕਰ ਦਿੱਤਾ। ਇਹ ਕੈਪਟਨ ਸਾਹਿਬ ਨੇ ਸਭ ਤੋਂ ਪਹਿਲਾਂ ਲਾਲ ਬੱਤੀ ਉਡਾਈ, ਉਹਨਾਂ ਨੂੰ ਵੇਖ ਕੇ ਮੋਦੀ ਸਾਹਿਬ ਨੇ ਕੀਤਾ। ਇਹ ਕੈਪਟਨ ਅਮਰਿੰਦਰ ਸਿੰਘ ਹੋਣੀ ਬਹੁਤ ਕੰਮ ਕਰਦੇ ਆ, ਬੜੇ ਵਧੀਆ ਤਰੀਕੇ ਨਾਲ, ਬਹੁਤ ਉਹਨਾਂ ਦੀ ਜਿਹੜੀ ਸੋਚ ਆ ਬੜੀ ਲੰਬੀ। ਗੱਲ ਇੱਥੇ ਵੀ ਆਉਂਦੀ ਹੈ ਕਿ ਤੁਹਾਡੇ ਆਪਣੇ ਜਿਹੜੇ ਨੇ MLA ਕਹਿੰਦੇ ਨੇ, ਆਪਣੇ ਕਾਂਗਰਸੀ ਲੀਡਰ ਕਹਿੰਦੇ ਨੇ ਕਿ ਕੈਪਟਨ ਸਾਹਿਬ ਉਹਨਾਂ ਨੂੰ ਹੀ ਨਹੀਂ ਮਿਲਦੇ, ਤਾਂ ਕੈਪਟਨ ਸਾਹਿਬ ਆਮ ਲੋਕਾਂ ਨੂੰ ਕਿੱਥੇ ਜਾ ਕੇ ਮਿਲਣਗੇ? ਵੇਖੋ ਬਲਿੰਦਰ ਜੀ, ਮੈਨੂੰ ਤਾਂ ਸੱਚ ਦੱਸਾਂ ਕਦੀ ਇਹੋ ਜਿਹੀ ਪ੍ਰੋਬਲਮ ਆਈ ਨਹੀਂ, ਜਦੋਂ ਮਰਜ਼ੀ ਚਲੇ ਜਾਓ, ਕੋਈ ਪ੍ਰੋਬਲਮ ਨਹੀਂ। ਕਈ ਹੋ ਸਕਦਾ ਕਿਤੇ ਕਿਸੇ ਦੇ ਨਾਲ ਇੱਕ ਅੱਧੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਆਈ ਹੋਵੇ, ਇਹ ਮੈਂ ਸਮਝਦਾ ਕਿ ਇੱਕ ਬੜਾ
ਪੁਰਾਣਾ ਜਿਹਾ ਅਤੇ ਨਾ ਸਾਬਤ ਹੋਣ ਵਾਲਾ ਆਰੋਪ ਆ ਜਿਹੜਾ ਲਾਉਂਦੇ ਜਿਹੜਾ ਕਿਸੇ ਨੇ ਲਾਇਆ, ਮੈਂ ਇਹਦੇ ਨਾਲ ਸਹਿਮਤ ਨਹੀਂ। ਪਰ ਇਸ ਨਾਲ ਸਹਿਮਤ ਹੋ ਕਿ ਇਸ ਸਮੇਂ ਪੰਜਾਬ ਵਿੱਚ ਧਰਨੇ ਪ੍ਰਦਰਸ਼ਨ ਬਹੁਤ ਜ਼ਿਆਦਾ ਵੇਖੇ ਜਾ ਰਹੇ ਨੇ ਕਿ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਉਹ ਜ਼ਿਆਦਾਤਰ ਪੰਗਾ ਪ੍ਰਵਾਨ ਨਹੀਂ ਕੀਤੀਆਂ ਜਾ ਰਹੀਆਂ, ਜਾਂ ਫਿਰ ਧਰਨੇ ਪ੍ਰਦਰਸ਼ਨ ਕਰਨਾ ਸਾਡੇ ਲੋਕਾਂ ਦੀ ਆਦਤ ਹੀ ਬਣ ਗਈ ਹੈ। ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹੋ ਜਿਹੀ ਕੋਈ ਗੱਲ ਨਹੀਂ, ਕਿਤੇ ਮਾੜਾ ਮੋਟਾ ਵੇਖੋ ਸਾਰੇ ਜਗ੍ਹਾ ਹਰ ਬੰਦੇ ਨੂੰ ਆਪਣਾ ਰੋਲ। ਹੁਣ ਜੇ ਰੋਸ ਆ ਕਿਸੇ ਨੂੰ ਤਾਂ ਉਹਨੂੰ ਵਧਾ ਚੜ੍ਹਾ ਕੇ ਜਿਵੇਂ ਅਕਾਲੀ ਦਲ ਆ ਜਾਂ ਆਪ ਆ, ਉਹਨਾਂ ਵੀ ਤਾਂ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ, ਤੋ ਕਾਹਦੇ ਨਾਲ ਸੇਕਣਗੇ? ਧਰਨੇ ਪ੍ਰਦਰਸ਼ਨ ਦਾ ਹੀ ਸੇਕਣਗੇ, ਕਿਸੇ ਦੀ ਆੜ ਦੇ ਵਿੱਚ ਹੀ ਸੇਕਣਗੇ। ਜਿਹੜੀ ਵੀ ਚੋਣ ਆਈ ਹੈ ਕੈਪਟਨ ਅਮਰਿੰਦਰ ਸਿੰਘ ਹੋਣਾਂ ਨੂੰ ਥੰਪਿੰਗ ਮੈਜੋਰਿਟੀ ਦੇ ਨਾਲ ਜਿਤਾਇਆ ਲੋਕਾਂ ਨੂੰ, ਦੈਟ ਮੀਨਸ ਲੋਕ ਉਹਨਾਂ ਦੇ ਕੰਮ ਕਾਜ ਤੋਂ ਸੈਟਿਸਫਾਈਡ ਹੈ। ਬਾਕੀ ਪੋਲੀਟੀਕਲ ਸਿਆਸੀ ਪਾਰਟੀਆਂ ਨੇ ਹਰ ਇੱਕ ਨੇ ਆਪਣੀ ਦੁਕਾਨ ਚਲਾਉਣੀ, ਜੇ ਧਰਨਾ ਪ੍ਰਦਰਸ਼ਨ ਨਾ ਕਰੂ ਤਾਂ ਉਹਦਾ ਆਪਸੀ ਧੜੇਬਾਜ਼ੀ ਕਿਉਂ ਵਿਖਾਈ ਦੇ ਰਹੀ ਹੈ? ਇੱਕ ਪਾਸੇ ਨਵਜੋਤ ਸਿੰਘ ਸਿੱਧੂ ਖੜ੍ਹੇ ਨੇ, ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਖੜ੍ਹੇ ਨੇ, ਤੀਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਖੜ੍ਹੇ ਨੇ, ਇਨ ਤਿੰਨਾਂ ਨੂੰ ਇਕੱਠੇ ਕਿਉਂ ਨਹੀਂ ਕੀਤਾ ਜਾ ਸਕਦਾ, ਜਾਂ ਕੋਈ ਐਸਾ ਤਜਰਬਾ ਹੋਏਗਾ? ਇਹ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਲੈਕਸ਼ਨ ਲੜੀ, ਮੈਂ ਕੈਪਟਨ ਅਮਰਿੰਦਰ ਸਿੰਘ ਜੀ ਮੇਰੇ ਪ੍ਰਧਾਨ ਨੇ, ਮੇਰੇ ਲੀਡਰ ਨੇ, ਮੈਂ ਉਹਨਾਂ ਦਾ ਬੰਦਾ ਵਾਂ, ਅਤੇ ਮੈਂ ਸਾਰੀ ਇਲੈਕਸ਼ਨ ਨਵਜੋਤ ਸਿੰਘ ਸਿੱਧੂ ਹੋਣਾਂ ਦੀ ਲੜੀ, ਅਤੇ ਜੇ ਕੋਈ ਧੜੇਬਾਜ਼ੀ ਹੁੰਦੀ ਤਾਂ ਇਹ ਗੱਲ ਹੋ ਸਕਦੀ। ਵੇਖੋ ਇੱਕ ਗੱਲ ਆ, ਵਿਚਾਰ ਨਾਤਮਕ ਕਿਤੇ ਨਾ ਕਿਤੇ ਵਿਚਾਰਾਂ ਦੀ ਥੋੜ੍ਹਾ ਬਹੁਤਾ ਮੇਲ ਨਹੀਂ ਖਾਂਦਾ। ਤੁਸੀਂ ਕੋਈ ਕੋਈ ਰਸਤਾ, ਕੋਈ ਕਹਿੰਦਾ ਐਂ ਦੀ ਜਾਣਾ, ਕੋਈ ਕਹਿੰਦਾ ਐਂ ਦੀ ਜਾਣਾ, ਇਹ ਤਾਂ ਹੈ। ਜਿਹੜੀ ਸੋਚ ਕਾਂਗਰਸ ਦੀ ਮਜ਼ਬੂਤੀ ਦੀ, ਰਾਹੁਲ ਗਾਂਧੀ ਜੀ ਦੀ ਮਜ਼ਬੂਤੀ ਦੀ, ਉਹ ਸਾਡੀ ਸਾਰੀ ਕਾਂਗਰਸ ਦੀ। ਬੋਲ ਜਿਹੜੇ ਨੇ ਉਹ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ, ਪ੍ਰਤਾਪ ਸਿੰਘ ਬਾਜਵਾ ਤਾਂ ਖੁੱਲ੍ਹ ਕੇ ਕੈਪਟਨ ਸਾਹਿਬ ਬਾਰੇ ਬੋਲ ਰਹੇ ਨੇ, ਪਰ ਨਵਜੋਤ ਸਿੰਘ ਸਿੱਧੂ ਜ਼ਰੂਰ ਚੁੱਪ ਇਸ ਸਮੇਂ ਨੇ, ਕਿਉਂ ਚੁੱਪ ਨੇ ਉਹ ਵੀ ਆਈ ਥਿੰਕ ਕਦੇ ਕਦੇ ਟਾਈਮ ਆਏਗਾ ਉਹ ਪਤਾ ਚੱਲ ਜਾਏਗਾ। 29 ਤਰੀਕ ਨੂੰ ਸੈਸ਼ਨ ਤੋਂ ਪਹਿਲਾਂ ਸਾਡੀ ਸਾਰੇ ਐਮ ਪੀਜ਼ ਦੀ ਮੀਟਿੰਗ ਬੁਲਾਈ ਗਈ ਸੀ ਕੈਪਟਨ ਅਮਰਿੰਦਰ ਸਿੰਘ ਹੋਣਾਂ ਵੱਲੋਂ, ਪੰਜਾਬ ਦੇ ਦਰਪੇਸ਼ ਆਉਂਦੇ ਜਿਹੜੇ ਮੁੱਦੇ ਨੇ ਉਹਨਾਂ ਬਾਰੇ ਜਿਹੜਾ ਵਾ ਗੱਲਬਾਤ ਕੀਤੀ ਗਈ ਕਿ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਲੈਣਾ, ਕੀ ਗੱਲ ਕਰਨੀ, ਉਹਦੇ ਵਿੱਚ ਤਾਂ ਪ੍ਰਤਾਪ ਸਿੰਘ ਬਾਜਵਾ ਜੀ ਵੀ ਹਾਜ਼ਰ ਸਨ। ਅਤੇ ਮੈਂ ਸਮਝਦਾ ਕਿ ਬਾਜਵਾ ਸਾਹਿਬ ਨੇ ਐਡੇ ਵਧੀਆ ਸਦਭਾਵਨਾ ਭਰੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਤਾਂ ਬਹੁਤ ਵਧੀਆ, ਇਹਨਾਂ ਨੇ ਸੀਐਮ ਸਾਹਿਬ ਨੂੰ ਆਪਣੇ ਰਹਿਵਾਂ ਦਿੱਤੀਆਂ, ਜਿਹੜੀਆਂ ਸੀਐਮ ਸਾਹਿਬ ਨੇ ਮੌਕੇ ਦੇ ਉੱਤੇ ਕਈਆਂ ਦੇ ਹੱਲ ਵੀ ਕੱਢਤੇ ਜਿੱਤ ਜਿਹੜੇ ਨਿਕਲਣ ਵਾਲੇ ਸੀ। ਸੋ ਮੈਂ ਸਮਝਦਾ ਕਿ ਇਹ ਗੱਲ ਥੋੜ੍ਹੀ ਜਿਹੀ ਆਊਟ ਆਫ ਪ੍ਰਪੋਰਸ਼ਨ ਹੈ, ਐਡੀ ਕੋਈ ਗੱਲ ਹੈ ਨਹੀਂ। ਠੀਕ ਹੈ, ਅਤੇ ਦੂਜੇ ਪਾਸੇ ਜੇਕਰ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਗੱਲ ਕਰੀਏ, ਪੰਜਾਬ ਵਿੱਚ ਤੁਹਾਨੂੰ ਕੀ ਦਿਖਦਾ ਕਿ ਪੰਜਾਬ ਦੇ ਸੀਨੀਅਰ ਲੀਡਰਸ ਜਿਹੜੇ ਭਾਜਪਾ ਦੇ ਨੇ ਉਹ ਵੀ ਕਹਿ ਚੁੱਕੇ ਨੇ ਕਿ ਅਸੀਂ ਆਉਣ ਵਾਲੀ ਜਿਹੜੀ ਸਰਕਾਰ ਹੈ ਪੰਜਾਬ ਵਿੱਚ ਜਦੋਂ ਇਲੈਕਸ਼ਨਸ ਹੋਣਗੀਆਂ ਤਾਂ ਅਸੀਂ ਭਾਜਪਾ ਦੀ ਸਰਕਾਰ ਵੇਖਣਾ ਚਾਹੁੰਦੇ ਹਾਂ, ਉਹਨਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਬਿਲਕੁਲ ਸਿਰੇ ਲਾਤਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ, ਜਿਹੜੀ ਸਾਂਝ ਸੀ ਨਾ ਜੀ ਭਾਜਪਾ ਅਤੇ ਅਕਾਲੀ ਦਲ ਦੀ, ਇਹ ਬੜੀ ਮੌਕਾ ਪ੍ਰਸਤੀ ਦੀ ਸਾਂਝ ਸੀ। ਇਹਨਾਂ ਦੀ ਜਿਹੜੀ ਭਾਈਵਾਲੀ ਆ ਉਹ ਮੈਂ ਸਮਝਦਾ ਵਾਂ ਕਿ ਉਹ ਕਹਿੰਦੇ ਹੁੰਦੇ ਨਾ ਸਟਰੇਂਜ ਬੈੱਡ ਫੈਲੋਸ, ਅੰਗਰੇਜ਼ੀ 'ਚ ਕਿਹਾ ਜਾਂਦਾ, ਇਹ ਸਟਰੇਂਜ ਬੈੱਡ ਫੈਲੋ ਸੀ। ਭਾਜਪਾ ਇੱਕ ਹਿੰਦੂਤਵ ਦੀ ਪਾਰਟੀ ਖਵਾਉਂਦੀ ਆ, ਅਕਾਲੀ ਦਲ ਇੱਕ ਪੰਥਕ ਪਾਰਟੀ ਖਵਾਉਂਦਾ, ਅਤੇ ਗੁਰੂ ਸਾਹਿਬਾਂ ਨੇ ਹਮੇਸ਼ਾ ਹੀ ਸ਼ੁਰੂ ਤੋਂ ਹੀ ਬ੍ਰਾਹਮਣ ਪ੍ਰਥਾ ਦਾ ਵਿਰੋਧ ਕੀਤਾ। ਆਈਡੀਓਲੋਜੀ ਇਹਨਾਂ ਦੀ ਕੋਈ ਮੇਲ ਨਹੀਂ ਖਾਂਦੀ, ਟੋਟਲ ਫਰਕ ਹੈ ਨਾ। ਇਹ ਸੱਤਾ ਦੇ ਲਾਲਚ ਨੂੰ ਨਾਲ ਆਏ ਸੀ ਅਤੇ ਸੱਤਾ ਦੇ ਲਾਲਚ ਨੇ ਦੂਰ ਕਰਤਾ। ਅੱਜ ਭਾਜਪਾ ਨੂੰ ਪਤਾ ਲੱਗ ਗਿਆ ਕਿ ਅਕਾਲੀ ਦਲ ਦਾ ਪੰਜਾਬ ਦੇ ਲੋਕਾਂ ਬਿਸਤਰਾ ਗੋਲ ਕਰਤਾ, ਦਿੱਲੀ 'ਚ ਇਹਨਾਂ ਦਾ ਬਚਿਆ ਕੁਛ ਨਹੀਂ, ਉਹ ਹੁਣ ਉਹਨਾਂ ਦੇ ਕੋਲ ਸਾਨੂੰ ਦੇਣ ਨੂੰ ਕੁਛ ਨਹੀਂ ਹੈਗਾ, ਅਤੇ ਉਹਨਾਂ ਨੇ ਇਹਨਾਂ ਨੂੰ ਲੱਤ ਮਾਰੀ, ਇੱਕ ਵਜ਼ੀਰੀ ਦਿੱਤੀ ਆ, ਅਤੇ ਉਸ ਵਜ਼ੀਰੀ ਦੇ ਵਿੱਚ ਜੇ ਮੈਂ ਵੇਖਿਆ ਜਾਵਾਂ ਤਾਂ ਵਜ਼ੀਰ ਤੋਂ ਇਲਾਵਾ 5 ਮੁਲਾਜ਼ਮ ਨੇ, 6ਵਾਂ ਮੁਲਾਜ਼ਮ ਹੈ ਨਹੀਂ ਕੋਈ। ਤੋ ਹੁਣ ਉਸ ਵਜ਼ੀਰੀ ਦੀ ਖਾਤਰ ਇਹ ਕਿੰਨੀ ਕੁ ਦੇਰ ਬੇਸ਼ਰਮੀ ਦੇ ਨਾਲ ਭਾਜਪਾ ਦੀਆਂ ਲੱਤਾਂ ਨੂੰ ਚੰਬੜੀ ਜਾਂਦੇ ਆ? ਇਹ ਤਾਂ ਉਹ ਜਿਵੇਂ ਮੈਨੂੰ ਯਾਦ ਆਉਂਦਾ ਸਾਡੇ ਪਿੰਡਾਂ ਦਾ ਨਜ਼ਾਰਾ, ਵੀ ਬੇਬੇ ਰੁੱਸ ਕੇ ਜਾਂਦੀ ਨਿਗਾਹ ਜਾਂ ਨਿਆਣਾ ਲੱਤਾਂ ਨੂੰ ਚੰਬੜਿਆ ਹੁੰਦਾ, ਬੇਬੇ ਨਾ ਛੱਡ ਕੇ ਜਾਈ, ਉਹ ਹਾਲ ਇਹਨਾਂ ਦਾ ਵਾ। ਸੋ ਇਹ ਕੱਲ੍ਹ ਵੀ ਨਹੀਂ ਸੀ, ਇਹ ਅੱਜ ਵੀ ਹੈ ਨਹੀਂ, ਅਤੇ ਕੱਲ੍ਹ ਤਾਂ ਬਿਲਕੁਲ ਹੀ ਨਹੀਂ ਰਹਿਣਾ। ਅਤੇ ਮੈਂ ਸਮਝਦਾ ਕਿ ਇਹ ਬੀਜੇਪੀ ਵਾਲੇ ਅਕਾਲੀ ਦਲ ਨੂੰ ਤਲਾਂਚਲੀ ਦੇ ਕੇ ਇਹ ਕੋਈ ਕ੍ਰੈਡੀਬਲ ਸਿੱਖ ਅਲਟਰਨੇਟ ਫੇਸ ਲੱਭਣ ਦੀ ਤਾਕ ਵਿੱਚ ਨੇ, ਜਿਹੜਾ ਇਹਨਾਂ ਨੂੰ 4 ਵੋਟਾਂ ਦੇ ਸਕੇ। ਬਾਦਲਾਂ ਦਾ ਇਹਨਾਂ ਨੂੰ ਪਤਾ ਲੱਗ ਗਿਆ ਵੀ ਲੋਕਾਂ ਦੇ
ਮਨਾਂ 'ਚੋਂ ਇਹ ਲੈ ਕੇ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਰਸੂਖ ਸੀਗਾ ਉਹ ਵੀ ਵੱਧਦਾ ਵਿਖਾਈ ਦੇ ਰਿਹਾ, ਪਰ ਲੇਕਿਨ ਆਮ ਆਦਮੀ ਪਾਰਟੀ ਦੀ ਜੇਕਰ ਪੰਜਾਬ ਇਕਾਈ ਦੀ ਗੱਲ ਕਰੀਏ ਤਾਂ ਉੱਥੇ ਫੁੱਟ ਵੀ ਵਿਖਾਈ ਦੇ ਰਹੀ ਹੈ, ਉੱਥੇ ਵੀ ਆਪਸੀ ਧੜੇ ਵਿਖਾਰੇ ਬਣ ਰਹੇ ਨੇ। ਤਾਂ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਤੋਂ ਉੱਪਰ ਉੱਠ ਸਕਦੀ ਹੈ ਆਉਣ ਵਾਲੇ ਸਮੇਂ ਵਿੱਚ? ਦੇਖੋ, ਦਿੱਲੀ ਦਾ ਮੈਨੂੰ ਪਤਾ ਨਹੀਂ, ਕਿਉਂਕਿ ਪੰਜਾਬ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ। ਪੰਜਾਬ 'ਚ ਆਮ ਆਦਮੀ ਪਾਰਟੀ ਦਾ ਭੋਗ ਪੈ ਗਿਆ, ਅੱਧਿਓਂ ਵੱਧ ਉਹਨਾਂ ਦੇ MLA ਜਾਂ ਤਾਂ ਤਿੰਨ ਚਾਰ ਜਾਣੇ ਸੁਖਪਾਲ ਖਹਿਰੇ ਵਾਲੀ ਏਕਤਾ ਪਾਰਟੀ 'ਚ ਢੋਲ ਵਜਾਈ ਜਾਂਦੇ ਆ, ਜਿਹੜੇ ਚੰਗੇ ਸਿਆਣੇ ਬੰਦੇ ਸੀ ਮਾਨਸਾਈਆ ਸਾਹਿਬ ਵਰਗੇ, ਉਹ ਕਾਂਗਰਸ ਦੇ ਨਾਲ ਆ ਗਏ ਨੇ। ਉਹ ਇੱਦਾਂ ਕਰਕੇ ਅੱਜ ਆਮ ਆਦਮੀ ਪਾਰਟੀ ਕੋਲ ਪੰਜਾਬ ਦੇ ਵਿੱਚ ਕੁਛ ਨਹੀਂ ਹੈ। ਪੰਜਾਬ ਵਿੱਚ ਸਿਆਸਤ ਹੁਣ ਇੱਕ ਹੋਰ ਨਵੀਂ ਦਿਸ਼ਾ ਵਿੱਚ ਚੱਲ ਰਹੀ ਹੈ, ਟਕਸਾਲੀ ਗਰੁੱਪ ਅੱਗੇ ਆ ਰਿਹਾ ਬਹੁਤ ਜ਼ਿਆਦਾ, ਔਰ ਇਸ ਤੋਂ ਇਲਾਵਾ ਢੀਂਡਸਾ ਸਾਹਿਬ ਵੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਚੁੱਕੇ ਨੇ, ਸਫਰ ਅਕਾਲੀ ਲਹਿਰ ਤੁਸੀਂ ਆਪ ਵੇਖੀ ਵੀ ਹੋਏਗੀ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਜਿਹੜੇ ਢੀਂਡਸਾ ਸਾਹਿਬ ਵਰਗੇ ਚੰਦਕ ਲੋਕ ਨੇ, ਜਿਹੜੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਨੂੰ ਜਿਹੜਾ ਵਿਸਾਰ ਨਹੀਂ ਸਕੇ, ਉਹ ਲੋਕ ਨੇ ਜਿਨ੍ਹਾਂ ਨੂੰ ਪੰਥ ਦਾ ਦਰਦ ਆ, ਸਿੱਖੀ ਦਾ ਦਰਦ ਆ, ਉਹ ਇਹਨਾਂ ਨਾਲ ਨਹੀਂ ਚੱਲ ਸਕਦੇ। ਜੇ ਇਹਨਾਂ ਨਾਲ ਨਹੀਂ ਚੱਲ ਸਕਦੇ ਉਹ BJP ਨਾਲ ਵੀ ਨਹੀਂ ਚੱਲ ਸਕਦੇ, ਅਤੇ ਜੇ ਉਹ BJP ਨਾਲ ਇਹੋ ਜਿਹੇ ਲੋਕ ਚੱਲਣ ਫਿਰ ਮੈਂ ਸਮਝੂੰਗਾ ਕਿ ਉਹ ਵੀ ਸਿਆਸਤ ਦੇ ਲਾਲਚ ਨੂੰ ਤੁਰੇ ਫਿਰਦੇ। ਹਾਂ, ਜੇ ਉਹ ਆਪਣੇ ਆਪ ਨੂੰ ਸ਼੍ਰੋਮਣੀ ਕਮੇਟੀ ਤੱਕ, ਕਿਉਂਕਿ ਇਸ ਵੇਲੇ ਸਿੱਖ ਕੌਮ ਨੂੰ ਲੋੜ ਆ, ਕਿਉਂਕਿ ਸਫਰ ਅਕਾਲੀ ਵਿੱਚ ਗਿੱਲ ਸਾਹਿਬ ਤੁਸੀਂ ਦੇਖਿਆ ਹੋਏਗਾ, ਗੱਲ ਕੰਪਲੀਟ ਕਰ ਲਿਆ ਮੇਰੀ, ਇੱਕ ਹੀ ਇਸ ਵੇਲੇ ਨਾ ਜਿਹੜੀ ਮੈਂ ਸਮਝਦਾ ਸਭ ਤੋਂ ਵੱਡੀ ਚੁਣੌਤੀ ਜਿਹੜੀ ਸਿੱਖ ਕੌਮ ਅੱਗੇ ਆ ਉਹ ਹੈਗੀ ਆ ਸਾਡੇ ਗੁਰਦੁਆਰਿਆਂ ਦੀ ਸਾਂਭ ਸੰਭਾਲ, ਸਾਡੇ ਗੁਰਦੁਆਰਿਆਂ ਦੀ ਸਾਂਭ ਸੰਭਾਲ, ਸਾਡੀ ਰਹਿਤ ਮਰਿਆਦਾ ਦੀ ਰਾਖੀ ਕਰਨ ਵਾਲੇ ਗੇ ਨੌਨ ਪੋਲੀਟੀਕਲ ਬੰਦੇ ਸ਼੍ਰੋਮਣੀ ਕਮੇਟੀ 'ਚ ਆਉਣੇ ਚਾਹੀਦੇ, ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ। ਮੈਂ ਤਾਂ ਚੜ੍ਹਦੀ ਕਲਾ ਚੈਨਲ ਦੇ ਰਾਹੀਂ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਪੰਥ ਦੀ ਸਿੱਖੀ ਦੀ ਚੜ੍ਹਦੀ ਕਲਾ ਲਈ ਜਦੋਂ ਵੀ ਸ਼੍ਰੋਮਣੀ ਕਮੇਟੀ ਦੀ ਚੋਣ ਆਉਂਦੀ ਆ ਪਾਰਟੀਬਾਜ਼ੀ ਤੋਂ ਉੱਪਰ ਉੱਠਿਓ, ਇਹ ਨਾ ਵੇਖਿਓ ਕਾਂਗਰਸੀ ਆ, ਇਹ ਨਾ ਵੇਖਿਓ ਅਕਾਲੀ ਆ, ਇਹ ਨਾ ਵੇਖਿਓ ਆਪ ਆ, ਇਹ ਨਾ ਵੇਖਿਓ ਕਾਮਰੇਡ, ਇੱਕ ਸੱਚੀ ਸੁੱਚੀ ਅਤੇ ਸਿੱਖ ਸੋਚ ਦੇ ਮਾਲਕ ਲੋਕਾਂ ਨੂੰ ਜਿਹੜੇ ਗੁਰਬਾਣੀ ਦੇ ਗਿਆਤਾ ਹੋਣ, ਜਿਹੜੇ ਗੁਰੂ ਦੇ ਸ਼ਬਦ ਦੇ ਪਹਿਰੇ ਦੇਣ ਵਾਲੇ ਹੋਣ, ਉਹਨਾਂ ਨੂੰ ਵੋਟਾਂ ਪਾ ਕੇ ਸ਼੍ਰੋਮਣੀ ਕਮੇਟੀ ਦੇ ਵਿੱਚ ਭੇਜਿਓ, ਅਤੇ ਨਾਲ ਉਹਨਾਂ ਨਾਲ ਵਾਅਦਾ ਕਰਿਓ, ਲਿਓ ਉਹਨਾਂ ਕੋਲ ਵਾਅਦਾ ਕਿ ਉਹ ਇਸ ਗੰਧਲੀ ਸਿਆਸਤ 'ਚ ਨਹੀਂ ਪੈਣਗੇ, ਆਪਣੇ ਆਪ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਤੱਕ ਸੀਮਤ ਕਰਕੇ ਰੱਖਣਗੇ। ਇਹ ਮੇਰਾ ਚੜ੍ਹਦੀ ਕਲਾ ਰਾਹੀਂ ਸੰਦੇਸ਼ ਆ ਪੰਜਾਬ ਦੇ ਲੋਕ। ਠੀਕ ਹੈ ਗਿੱਲ ਸਾਹਿਬ, ਪਰ ਦੂਜੇ ਪਾਸੇ ਸਫਰ ਅਕਾਲੀ ਲਹਿਰ ਦੀ ਗੱਲ ਕਰੀਏ ਤਾਂ ਉਸ ਸਫਰ ਅਕਾਲੀ ਲਹਿਰ ਦੇ ਜਿਹੜਾ ਹੋਈ ਸੀ ਉਸ ਵਿੱਚ ਢੀਂਡਸਾ ਸਾਹਿਬ ਵੀ ਮੌਜੂਦ ਸਨ, ਬਲਵੰਤ ਸਿੰਘ ਰਾਮੋਵਾਲੀਆ ਵੀ ਮੌਜੂਦ ਸਨ, ਮਨਜੀਤ ਸਿੰਘ GK ਵੀ ਮੌਜੂਦ ਸਨ ਜਿਹੜੇ ਸਾਬਕਾ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਹੁਣ ਉਹਨਾਂ ਨੇ ਆਪਣੀ ਇੱਕ ਨਵੀਂ ਜਾਗੋ ਪਾਰਟੀ ਵੀ ਬਣਾਈ ਹੈ। ਉਸ ਤੋਂ ਇਲਾਵਾ ਸਰਨਾ ਭਰਾ ਵੀ ਮੌਜੂਦ ਸਨ। ਇਨ ਸਾਰਿਆਂ ਦੇ ਰਲੇਵੇ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖ ਰਹੇ ਹੋ? ਕੀ ਸ਼੍ਰੋਮਣੀ ਅਕਾਲੀ ਦਲ ਵੱਲ ਇੱਕ ਵੱਡਾ ਹਮਲਾ ਹੋਣ ਦੀ ਤਿਆਰੀ ਹੋ ਰਹੀ ਹੈ, ਇੱਕ ਨਵੀਂ ਪਾਰਟੀ ਖੜੀ ਕਰਨ ਦੀ ਤਿਆਰੀ ਹੋ ਰਹੀ ਹੈ? ਦੇਖੋ, ਇੱਕ ਗੱਲ ਤਾਂ ਇਸ ਚੀਜ਼ ਤੋਂ, ਇਸ ਸਾਰੇ ਰਲੇਵੇਂ ਤੋਂ ਇੱਕ ਗੱਲ ਤਾਂ ਬੜੀ ਕਲੀਅਰ ਆ, ਸਾਫ਼ ਹੈ ਕਿ ਲੋਕਾਂ ਦਾ ਅਕਾਲੀ ਦਲ ਬਾਦਲ ਅਤੇ ਬਾਦਲ ਪਰਿਵਾਰ ਨਾਲ ਮੋਹ ਭੰਗ ਹੋ ਚੁੱਕੇ ਆ। ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਔਰ ਉਮੀਦ ਕਰਦੇ ਹਾਂ ਕਿ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਬਾ ਮਿਸਾਲ ਗੱਲਾਂ ਪੰਜਾਬ ਦੇ ਲੋਕਾਂ ਤੱਕ ਜ਼ਰੂਰ ਪਹੁੰਚਣਗੀਆਂ, ਔਰ ਲੋਕ ਆਪਣੇ ਮੈਂਬਰ ਪਾਰਲੀਮੈਂਟ ਨੂੰ ਕਿਸ ਨਜ਼ਰ ਨਾਲ ਵੇਖਣਾ ਚਾਹੁੰਦੇ ਨੇ ਉਹ ਜ਼ਰੂਰ ਉਹਨਾਂ ਨੇ ਵੇਖਿਆ ਹੋਏਗਾ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੁਸੀਂ ਵੇਖ ਰਹੇ ਹੋ ਖਾਸ ਮੁਲਾਕਾਤ, ਬਲਿੰਦਰ ਸਿੰਘ ਵਿਰਮਾਨੀ ਦੀ ਇਜਾਜ਼ਤ, ਧੰਨਵਾਦ।